ਕ੍ਰਿਆਕਾਲ ਮਿਹਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੇਰੇ ਨਾਲ ਇੰਡੀਆ ਟੂਡੇ ਦੇ ਸੀਨੀਅਰ ਐਡੀਟਰ ਹਰਮੀਤ ਸ਼ਾਹ ਸਿੰਘ ਜੀ ਮੌਜੂਦ ਨੇ ਦਰਅਸਲ ਐਨੀਮਲ ਫਿਲਮ ਦਾ ਅਰਜਨ ਵੈਲੀ ਗਾਣਾ ਏ ਕਾਫੀ ਚਰਚਾ ਦੇ ਵਿੱਚ ਹੈ ਲਗਾਤਾਰ ਟ੍ਰੈਂਡ ਕਰ ਰਿਹਾ ਹੈ ਤੇ ਲੋਕ ਇਹ ਵੀ ਸਵਾਲ ਪੁੱਛ ਰਹੇ ਨੇ ਕਿ ਆਖਰ ਅਰਜਨ ਵੈਲੀ ਕੌਣ ਸੀ ਇਸ ਕੈਰੈਕਟਰ ਬਾਰੇ ਬਹੁਤ ਸਾਰੇ ਕਹਾਣੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਬਹੁਤ ਸਾਰੇ ਐਕਸਪਰਟਸ ਇਸ ਬਾਰੇ ਗੱਲ ਕਰ ਰਹੇ ਨੇ ਅੱਜ ਹਰਮੀਤ ਸਿੰਘ ਜੀ ਕੋਲੋਂ ਹੀ ਸਮਝਦੇ ਆ ਕਿ ਆਖਰੇ ਕੈਰੇਕਟਰ ਕੌਣ ਸੀ ਕਿਵੇਂ ਪੰਜਾਬ ਦੇ ਨਾਲ ਇਹਨਾਂ ਦਾ ਨਾਤਾ ਸੀ ਤੇ ਫਿਲਮ ਦੇ ਵਿੱਚ ਇਸ ਗਾਣੇ ਨੂੰ ਜਿਵੇਂ ਵਰਤਿਆ ਗਿਆ ਹੈ ਕਿਸ ਤਰ੍ਹਾਂ ਉਹ ਦੇਖਦੇ ਨੇ ਬਹੁਤ-ਬਹੁਤ ਸਵਾਗਤ ਪੰਜਾਬ ਟੱਕ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜਿਹੜੀ ਅਰਜਨ ਵੇਲੀ ਦੀ ਆਪਾਂ ਗੱਲ ਕਰ ਰਹੇ ਆ ਅੱਜ ਮੇਰੇ ਸਵੇਰੇ ਮੈਂ ਫਿਰ ਬੜਾ ਚਰਚਾ ਦੇ ਵਿੱਚ ਸੀ ਤੇ ਮੈਂ ਫਿਰ ਫਿਲਮ ਕ੍ਰਿਟਿਕ ਨੇ ਮੇਰੇ ਮਿੱਤਰ ਨੇ ਉਹਨਾਂ ਬੌਬੀ ਸਿੰਘ ਹੈ ਬੜੇ ਸੰਜੀਦਾ ਫਿਲਮ ਰਿਵਿਊਅਰ ਨੇ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਤੇ ਆਪਾਂ ਇੱਕ ਬੜਾ ਸੋਚਿਆ ਤੇ ਇੱਕ ਕਲ ਜਿਹੜੀ ਨਿੱਤਰ ਕੇ ਸਾਹਮਣੇ ਆਈ ਇਹ ਆਈ ਕਿ ਇਹ ਬਹੁਤ ਹੀ ਘਾਟ ਹੁੰਦਾ ਹੈ ਕਿ ਬਾਲੀਵੁੱਡ ਕਿਸੇ ਪੰਜਾਬੀ ਗੀਤ ਨੂੰ ਠੇਢ ਪੰਜਾਬੀ ਦੇ ਵਿੱਚ ਜਿਹੜਾ ਹੋਵੇ ਔਰ ਉਹ ਵੀ ਢਾਡੀ ਵਾਰ ਸਟਾਈਲ ਦੇ ਵਿੱਚ ਉਸ ਨੂੰ ਉਸਨੇ ਐਡਾਪਟ ਕੀਤਾ ਹੋਵੇ ਤੇ ਪਹਿਲੀ ਤੇ ਇਹ ਗੱਲ ਹੈਗੀ ਇਹ ਟਾਡੀਵਾਰ ਸਟਾਈਲ ਹੈ ਉਹ ਟਾਡੀਵਾਰ ਸੈਜ ਸਾਹਿਬ ਨੂੰ ਪਤਾ ਹੈਗਾ ਪੰਜਾਬ ਦੇ ਕਿ ਤੁਸੀਂ ਜਾਣਦੇ ਹੋ ਜਦੋਂ ਜਿਹੜੇ ਟਾਡੀ ਸਿੰਘ ਹੁੰਦੇ ਨੇ ਜਿਵੇਂ ਉਹ ਉਹਨਾਂ ਦੇ ਜਿਹੜੇ ਪੋਇਟ ਬੈਲਡਸ ਹੁੰਦੇ ਨੇ ਤੇ ਉਹ ਮੋਸਟਲੀ ਹੀਰੋਇਕ ਜਿਹੜੇ ਕਰੈਕਟਰਸ ਨੇ ਜਿਹੜੇ ਜੰਗ ਜੂ ਨੇ ਉਸ ਤਤ ਕਰਦੇ ਜੰਗ ਜੂ ਹਾਂ ਜੰਗ ਜੂ ਜੜੇ ਹੋਏ ਨੇ ਇਤਿਹਾਸ ਦੇ ਵਿੱਚ ਅਸੀਂ ਕਿ ਇਤਿਹਾਸ ਦੇ ਵਿੱਚ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਇੱਕ ਐਸਪੈਕਟ ਹੋ ਗਿਆ ਇਹ ਉਸੇ ਤਰ੍ਹਾਂ ਬਰਕਰਾਰ ਇੱਕ ਟ੍ਰੈਡੀਸ਼ਨ ਤੋਂ ਚੱਲਦਾ ਆ ਰਿਹਾ ਫੋਕ ਹੈਗਾ ਕਿੰਨੇ ਲਿਖਿਆ ਐ ਨਹੀਂ ਪਤਾ ਹੁੰਦਾ ਕਿਉਂਕਿ ਫੋਕ ਜਿਹੜਾ ਹੁੰਦਾ ਉਹ ਇਨ ਦਾ ਸੈਂਸ ਕਿ ਉਹ 엠ਬੈਲਿਸ਼ਡ ਹੁੰਦਾ ਸਮੇ ਦੇ ਨਾਲ ਤੇ ਉਹ ਵੀ ਹੁੰਦਾ ਰਹਿੰਦਾ ਬਹਰਾਲ ਲੇਕਿਨ ਇਹ ਇੱਕ ਪੋਜ਼ਿਟਿਵ ਐਸਪੈਕਟ ਮੈਂ ਤੁਹਾਨੂੰ ਦੱਸਿਆ ਤੁਸੀਂ ਇਹ ਵੀ ਕਿਹਾ ਕਿ ਠੇਠ ਪੰਜਾਬੀ ਪਰ ਇਸ ਠੇਠ ਪੰਜਾਬੀ ਨੂੰ ਲੋਕ ਬੜਾ ਪਸੰਦ ਕਰ ਰਹੇ ਨੇ ਜਦੋਂ ਇਹ ਫਿਲਮ ਦੇਖਣ ਜਾਓ ਤੇ ਜਦੋਂ ਇਹ ਗਾਣਾ ਵੱਜਦਾ ਹੈ ਤਾਂ ਸਭ ਤੋਂ ਜ਼ਿਆਦਾ ਹੂਟਿੰਗ ਸਭ ਤੋਂ ਜ਼ਿਆਦਾ ਸ਼ੋਰ ਇਸ ਗਾਣੇ ਵਕਤ ਸੁਣਾਈ ਦਿੰਦਾ ਹਾਂ ਇਹ ਬਿਰਖਲ ਜਿਹੜੇ ਫਿਲਮਕਾਰ ਨੇ ਹਾਲਾਂਕਿ ਉਹ ਆਪ ਪੰਜਾਬੀ ਨਹੀਂ ਸਨ ਤੇ ਲੇਕਿਨ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਕੋਲੋਂ ਜ਼ਰੂਰ ਕੋਈ ਪੰਜਾਬੀ ਕੰਸਲਟੈਂਟ ਹੈਗਾ ਸੀ ਜਿਨ੍ਹਾਂ ਨੇ ਇਹ ਦੱਸਿਆ ਕਿ ਇਹ ਤੁਸੀਂ ਜਿਹੜਾ ਗੀਤ ਹੈਗਾ ਇਸ ਨੂੰ ਇਸ ਦੀ origignal ਫਾਰਮ ਦੇ ਵਿੱਚ ਹੀ ਪਾਓ ਉਸੇ ਅੰਦਾਜ਼ ਵਿੱਚ ਹੀ ਪਾਓ ਭពਿੰਦਰ ਬੱਬਲ ਹੋਣਾ ਨੇ ਗਾਇਆ ਤੇ ਇਸ ਤੋਂ ਪਹਿਲਾਂ ਕੁਲਦੀਪ ਮਾਨਕ ਹੋਣਾ ਨੇ ਵੀ ਇਹ ਗੀਤ ਗਾਇਆ ਔਰ ਕਈ ਜਿਹੜੇ ਗਾਇਕ ਹੋਏ ਨੇ ਪੰਜਾਬ ਦੇ ਉਹਨਾਂ ਨੇ ਇਹ ਗੀਤ ਗਾਇਆ ਹੋਇਆ ਪਰ ਸਾਡੀ ਜਨਰੇਸ਼ਨ ਨੂੰ ਇਸ ਬਾਲੀਵੁੱਡ ਤੋਂ ਪਤਾ ਲੱਗਿਆ ਬਾਲੀਵੁੱਡ ਤੋਂ ਪਤਾ ਲੱਗਿਆ ਇੱਕ ਇੱਥੇ ਜ਼ਰੂਰ ਗੱਲ ਕਲੀਅਰ ਕਰ ਦਈਏ ਕਿ ਆਪਾਂ ਪੋਜ਼ਿਟਿਵ ਗੱਲ ਕਰ ਲਈਏ ਹੁਣ ਜਿਹੜਾ ਥੋੜੀ ਖੁਦੂਸੀ ਤੇ ਪਾਸਵੀ ਗੱਲ ਕਰ ਲਈਏ ਕਿ ਜਦੋਂ ਢਾਡੀਵਾਰਾਂ ਗਾਏ ਜਾਂਦੇ ਨੇ ਨਾ ਉਹਨਾਂ ਦਾ ਇੱਕ ਕੰਟੈਕਸਟ ਹੀ ਵੱਖਰਾ ਹੁੰਦਾ ਹੈ ਉੱਥੇ ਜਿਹੜੇ ਜੰਗਜੂ ਜਿਹੜੇ ਹੋਏ ਨੇ ਉਹਨਾਂ ਦੀ ਜੇ ਤੁਸੀਂ ਗੱਲ ਕਰਦੇ ਹੋ ਤੇ ਉਹ ਮਨੁੱਖਤਾ ਦੇ ਵਾਸਤੇ ਆਪਣੀ ਜਾਨ ਦੇ ਰਹੇ ਨੇ ਮਨੁੱਖਤਾ ਵਾਸਤੇ ਲੜ ਰਹੇ ਨੇ ਹਾਲਾਂਕਿ ਫਿਲਮ ਦੇ ਸੰਦਰਭ ਦੇ ਵਿੱਚ ਜੋ ਤੁਸੀਂ ਵੇਖਦੇ ਹੋ ਤੇ ਇੱਥੇ ਕੋਈ ਮਨੁੱਖਤਾ ਦੀ ਗੱਲ ਕੋਈ ਨਹੀਂ ਹੈਗੀ ਅ ਤੇ ਨਾ ਹੀ मतलब ਫਿਲਮ ਦਾ ਉਸ ਨਾਲ ਇਸ ਸਬਜੈਕਟ ਨਾਲ ਕੋਈ ਸ਼ਰੋਕ ਆ ਰਿਹਾ ਇੱਥੇ ਬਦਲਾ ਹੈਗਾ ਤੇ ਉਹ ਬਦਲਾ ਲੈ ਰਿਹਾ ਤੇ ਕੁਟਾਪਾ ਛਾੜ ਰਿਹਾ ਹੈ ਜਿਹੜਾ ਮੇਨ ਮੇਨ ਕਰੈਕਟਰ ਹੈਗਾ ਤੇ ਉਸ ਦੇ ਨਾਲ ਗੀਤ ਜੋੜਿਆ ਉਹ ਇੱਕ ਮਸਾਲਾ ਜਿਸ ਤਰ੍ਹਾਂ ਹੈਗਾ ਉਸ ਤਰੀਕੇ ਨਾਲ ਉਹ ਜਿਹੜਾ ਵਾਰ ਸਟਾਈਲ ਦਾ ਜਿਹੜਾ ਉਸੇ ਅੰਦਾਜ਼ ਦੇ ਵਿੱਚ ਉਹ ਇਹ ਗੀਤ ਆਇਆ ਹੈ ਤੇ ਅਰਜਨ ਵੈਲੀ ਦੀ ਗੱਲ ਕਰੀਏ ਤਾਂ ਇਹ ਪੰਜਾਬ ਨਾਲ ਕਿਸ ਤਰ੍ਹਾਂ ਸੰਬੰਧਿਤ ਨੇ ਬਹੁਤ ਸਾਰੀਆਂ ਕਹਾਣੀਆਂ ਲੁਧਿਆਣਾ ਦੇ ਰਹਿਣ ਵਾਲੇ ਕਿਸ ਤਰ੍ਹਾਂ ਇੱਕ ਇੱਕ ਹੀਰੋ ਬਣੇ ਕਿਵੇਂ ਇਹਨਾਂ ਦੀ ਉਸਤਤ ਦੇ ਵਿੱਚ ਢਾਡੀ ਵਾਰ ਗਾਈ ਗਈ ਇਹ ਇਸ ਤਰ੍ਹਾਂ ਵੀ ਕਿ ਜਿਹੜੀਆਂ ਇਹ अर्जन ते वैली ए दो लफज वखो वखरे कर लो राइट अह वैली ਤੁਸੀਂ ਦੇਖੋਗੇ ਕਿ ਪੰਜਾਬ ਦੇ ਜਿਹੜੇ 뮤지컬 ਥੀਮ ਹੈਗਾ ਉਹਦੇ ਵਿੱਚ ਬੜੀ ਵਾਰੀ ਯੂਜ਼ ਹੁੰਦਾ ਹੈ ਜੱਟ ਵੈਲੀ ਹਾਂਜੀ ਤੇ ਯਾਰ ਵੈਲੀ ਤੇ ਇਹ ਅਲੱਗ ਚੀਜ਼ ਹੋ ਗਈ ਅ ਅਰਜਨ ਜਿਹੜਾ ਕਿਰਦਾਰ ਹੈ राइट ਹਾਂਜੀ ਉਹ ਉਹ ਅਸਲ ਕਿਰਦਾਰ ਹੋਏ ਨੇ ਉਹ ਹੋਏ ਨੇ ਅਰਜਨ ਸਿੰਘ ਨਲਵਾ ਤੇ ਉਹ ਹਰੀ ਸਿੰਘ ਨਲਵੇ ਹੋਰਾਂ ਦੇ ਜਿਹੜੇ ਸਰਕਾਰੇ ਖਾਲਸਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਕਮਾਂਡਰ ਇਨ ਚੀਫ ਸਨ ਤੇ ਜਿਹੜੇ ਬੜੇ ਭਾਰੀ ਜੰਗ ਜੂਸਨ ਔਰ ਜਿਨ੍ਹਾਂ ਦੇ ਕਾਰਨ ਜਿਹੜਾ ਖਾਲਸਾ ਰਾਜ ਸੀ ਉਹ afghanistan ਦੇ border ਤੱਕ ਪਹੁੰਚਿਆ ਤੇ ਉਹਨਾਂ ਦੇ ਐਸ ਪੁੱਤਰ ਹੋਏ ਨੇ ਉਹਨਾਂ ਦੇ ਚਾਰ ਸੁਪੁੱਤਰ ਸਨ ਤੇ ਦੋ ਸੁਪੁੱਤਰ ਜਿਹੜੇ ਸਨ ਉਹਨਾਂ ਦੇ ਕਿਉਂਕਿ ਦੇਖੋ 1837 ਦੇ ਵਿੱਚ ਉਹ ਆਪਣਾ ਸ਼ਹੀਦੀ ਮਿਲਦੀ ਉਹਨਾਂ ਨੂੰ ਅ ਅ ਅ ਸਦਾ ਗਰੀ ਸਿੰਘ ਦਲਵਹਰਾਨੂ ਫਿਰ ਉਸ ਤੋਂ ਬਾਅਦ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਚਲਾਣਾ ਕਰਦੇ ਨੇ ਤੇ 1845 ਵਿੱਚ ਪਹਿਲੀ ਜਿਹੜੀ ਹੈਗੀ ইস্ট ਇੰਡੀਆ ਕੰਪਨੀ ਨਾਲ ਉਹ ਕਿਉਂਕਿ ইস্ট ਇੰਡੀਆ ਕੰਪਨੀ ਅ ਉਸ ਵਿੱਚ ਬਹੁਤੇ ਆਪਣਾ ਦੇਸੀ ਹੀ ਹੁੰਦੇ ਨੇ ਜ਼ਿਆਦਾ ਤੇ ਉਹ ਆ ਕੇ ਪੰਜਾਬ ਦੇ ਉੱਤੇ ਜਿਹੜਾ ਉਹ ਖਾਲਸਾ ਰਾਜ ਹੁੰਦਾ ਉਸ ਉੱਤੇ ਹਮਲਾ ਕਰਦੀ ਹੈ ਤੇ ਇੱਕ جنگ ਉੱਥੇ ਹੁੰਦੀ ਹੈ ਤੇ ਇੱਕ جنگ ਹੁੰਦੀ ਹੈ 1848-49 ਦੇ ਵਿੱਚ ਤੇ 1849 ਦੇ ਜਿਹੜੀ جنگ ਹੁੰਦੀ ਉਸ ਤੋਂ ਬਾਅਦ ਜਿਹੜਾ ਆਜ਼ਾਦ ਪੰਜਾਬ ਹੈਗਾ ਜਿਹੜਾ ਖਾਲਸਾ ਰਾਜ ਹੁੰਦਾ ਉਹ ਫਿਰ ਬ੍ਰਿਟਿਸ਼ ਜਿਹੜੇ ਹੈਗੇ ਉਹਨਾਂ ਦੇ ਅਖਤਿਆਰ ਵਿੱਚ ਆ ਜਾਂਦਾ ਹੈ ਕੋਲੋਨੀ ਦਾ ਹਿੱਸਾ ਬਣਦਾ ਹੈ ਇਹ ਜਿਹੜੀ ਦੋ جنگਾਂ ਹੋਈਆਂ ਨੇ ਔਰ ਮਹਾਰਾਜਾ ਰਣਜੀਤ ਸਿੰਘ ਪਿੱਛੋਂ ਲਾਹੌਰ ਦਰਬਾਰ ਦੇ ਵਿੱਚ ਜਿਹੜੀਆਂ ਕਦਾਰੀਆਂ ਹੁੰਦੀਆਂ ਰਹੀਆਂ ਉਹਨਾਂ ਨਾਲ ਜਿਹੜਾ ਹੈਗਾ ਜਵਾਰ ਸਿੰਘ ਨਲਵਾ ਜਿਹੜੇ ਜਿਹੜੇ ਉਹਨਾਂ ਦੇ ਸਪੁੱਤਰ ਨੇ ਹਰੀ ਸਿੰਘ ਨਲਵਾ ਔਰ ਅਰਜਨ ਸਿੰਘ ਨਾਲ ਉਹਨਾਂ ਨੇ ਬੜੀ شدت ਨਾਲ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਉਸ ਰਿਸਿਸਟ ਕੀਤਾ ਦਰਬਾਰ ਵਿੱਚ ਬੜੇ ਗੱਦਾਰ ਸੀ ਉਹ ਲਾਹੌਰ ਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਤੇ ਅੰਦਰ ਵੀ ਕੂ ਹੁੰਦੇ ਸੀ ਤੇ ਉਸ ਉਸ ਨੂੰ ਜਿਹੜਾ ਉਸ ਤੋਂ ਬਾਅਦ ਜਿਹੜੀ ਦੋ جنگਾਂ ਹੋਈਆਂ ਖਾਸ ਕਰਕੇ ਜਿਹੜੀ ਜਵਾਰ ਸਿੰਘ ਨਲਵੇ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਜਿਹੜੀ ਫਰ ਫਸਟ ਐਂਗਲੋ ਸਿਕ ਵਾਰ ਸੈਕੰਡ ਐਂਗਲੋ ਸਿਕ ਵਾਰ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਹੈ ਹੋਰ ਨਾਲ ਹੀ ਰਿਹਾ ਹੈ ਅਰਜਨ ਸਿੰਘ ਨਲਵਾ ਹੋਰਾਂ ਦਾ ਇਹ ਇਹਨਾਂ ਨੇ ਆਪਣੇ ਆਪ ਨੂੰ ਕਿਲੇ ਵਿੱਚ ਜੋ ਸੀ ਪਹਿਲੇ ਬੰਦ ਕੀਤਾ ਫਿਰ ਉਸ ਤੋਂ ਬਾਅਦ ਉਲਬ ਦੇ ਲਬ ਦੇ ਆਏ ਤੇ ਇਹ ਉਹਨਾਂ ਦੇ ਹੱਥੇ ਨਹੀਂ ਆਏ ਤੇ ਇਸ ਕਿਰਦਾਰ ਦੇ ਉੱਤੇ ਕਿਉਂਕਿ ਇਹ ਗੰਡਾਸੇ ਨਾਲ ਕੋਈ ਗੰਡਾਸਾ ਤੁਸੀਂ ਦੇਖੋਗੇ ਕਿ ਪੰਜਾਬੀ ਫੋਕਲੋਰ ਵਿੱਚ ਨਾ ਬੜਾ ਯੂਜ਼ ਹੁੰਦਾ ਉਹ ਤਾਂ ਇੱਕ ਔਰ ਖਾਲਸਾ ਜਿਹੜੀ ਕੈਵਲਰੀ ਸੀ ਤੇ ਉਸ ਦਾ ਵੀ ਬੜਾ ਵੱਡਾ ਇੱਕ ਲਗਾਇਆ ਰੱਖਿਆ ਜਾਂਦਾ ਸੀ ਇਹ ਸ਼ਸਤਰ ਹੁੰਦਾ ਸੀ ਤੇ ਉਹ ਗੰਡਾਸੇ ਦੀ ਵੀ ਗੱਲ ਆਉਂਦੀ ਹੈਗੀ ਸੋ ਇੱਕ ਪੱਖੋਂ ਆਪਾਂ ਹੁਣ ਇਹ ਦੇਖੀਏ ਕਿ ਆਪਾਂ ਇਹ ਚਰਚਾ ਜੋ ਕਰ ਰਹੇ ਹਾਂ ਸ਼ਾਇਦ ਸਾਨੂੰ ਉਸ ਗੀਤ ਦੇ ਕਾਰਨ ਕਰ ਰਹੇ ਹਾਂ ਜਿਸ ਜਿਹੜਾ ਬਿਲਕੁਲ ਇੱਕ ਕ੍ਰੈਡਿਟ ਆਪਾਂ ਉਸ ਗਾਣੇ ਨੂੰ ਦੇਣਾ ਚਾਹੀਦਾ ਹੈ ਕਿ ਆ ਜੋ ਸਿਰ ਚਰਚਾ ਕਰ ਰਹੇ ਹਾਂ ਕਿ ਹਾਂ ਸਾਨੂੰ ਨਹੀਂ ਤੇ ਅਸੀਂ ਭੁੱਲ ਚੁੱਕੇ ਸਾਂ ਸੰਤੇ ਮਤਲਬ ਹੋ ਸਕਦਾ ਹੈ ਕਿ ਜਿਹੜੇ ਪੰਜਾਬ ਤੋਂ ਬਾਹਰ ਜਿਹੜੇ ਮੇਰੇ ਵਰਗੇ ਵੀ ਹੋਣ ਕਈ ਬਿਆੰਤ ਲੋਕ ਹੋਣਗੇ ਜਿਹਨਾਂ ਨੂੰ ਇਹ ਚੇਤਾ ਵੀ ਨਹੀਂ ਹੋਏਗਾ ਕਿ ਇਹ ਫਿਰਸੀ ਥੋੜਾ ਰਿਸਰਚ ਕੀਤੀ ਫਿਰ ਹੋਰ ਵਿੱਚੋਂ ਪੜਿਆ ਵੀ ਤੇ ਇਹ ਕ੍ਰੈਡਿਟ ਜਾਂਦਾ ਹੈਗਾ ਉੱਥੇ ਦੂਸਰੀ ਗੱਲ ਮੈਂ ਤੁਹਾਨੂੰ ਕਹਿ ਵੀ ਦਿੱਤੀ ਕਿ ਕੰਟੈਕਸਟ ਅਲੱਗ-ਅਲੱਗ ਹੈਗਾ ਹੈਗੀ ਢਾਡੀ ਵਾਰ ਹੈਗੀ ਇਹ ਤੇ ਉਹ ਸਟਾਈਲ ਵਿੱਚ ਗੀਤ ਗਾਇਆ ਗਿਆ ਹੈਗਾ ਤੇ ਉਹ ਜਿਹੜਾ ਸਿੱਖਾਂ ਦਾ ਜਿਹੜਾ ਜੰਗਜੂ ਇਤਿਹਾਸ ਰਿਹਾ ਔਰ ਬੜਾ ਇклаਸਾਨੀ ਇਤਿਹਾਸ ਰਿਹਾ ਔਰ ਉਸ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਜਿਠੇ ਨੇ ਭਾਵੇਂ ਅੰਗਰੇਜ਼ ਸੀ ਭਾਵੇਂ ਅਫਗਾਨ ਸੀ ਭਾਵੇਂ ਮੁਗਲ ਸੀ ਤੇ ਉਹਦੇ ਐਸੇ ਐਸੇ ਕਿਰਦਾਰ ਨੇ ਉਸ ਵਿੱਚ ਐਸੇ ਐਸੇ ਸ਼ਖਸੀਅਤਾਂ ਆਈਆਂ ਨੇ ਜਿਨ੍ਹਾਂ ਮੋٹے ਮੋٹے ਨਾਂ ਤਾਂ ਪਤਾ ਹੁੰਦੇ ਨੇ ਕਈਆਂ ਦੇ ਨਾਂ ਨਹੀਂ ਪਤਾ ਹੁੰਦੇ ਤੇ ਇਹ ਉਹਨਾਂ ਵਿੱਚੋਂ ਨੇ ਜਿਹੜੇ ਅੱਜ ਜਿਹੜੇ ਇੱਕ ਆ ਜਾਏ ਕਿ ਉਹ ਰਿਵਾਈਵ ਹੋਏ ਨੇ ਸਾਡੀ ਮੈਮਰੀ ਵਿੱਚ ਜ਼ਿਹਨ ਦੇ ਵਿੱਚ ਤੇ ਅਰਜਨ ਸਿੰਘ ਨਲਵਾ ਦਾ ਦੇਹਾਂਤ ਕਦੋਂ ਹੋਇਆ ਸੀ ਕਿ ਲੁਧਿਆਣੇ ਨਾਲ ਉਹ ਕਿਸੇ ਤਰ੍ਹਾਂ ਸੰਬੰਧਿਤ ਉਸ ਤੋਂ ਬਾਅਦ ਕਹਿੰਦੇ ਨੇ ਕਿ ਥੋੜੇ ਚਿਰ ਬਾਅਦ ਹੀ ਜਿਹੜਾ ਸੀ ਕਿ ਉਹਨਾਂ ਦਾ ਜਿਹੜੇ 1849 ਦੀ ਜਿਹੜੀ ਜੰਗ ਹੁੰਦੀ ਤੇ ਉਸ ਤੋਂ ਬਾਅਦ ਥੋੜਾ ਚਿਰ ਬਾਅਦ ਹੀ ਉਹ ਚਲਾਣਾ ਕਰ ਜਾਂਦੇ ਨੇ ਤੇ ਲੇਕਿਨ ਇਹ ਗੱਲ ਹੈ ਕਿਸੇ ਕਿ ਉਹ ਉਹ ਜਿਹੜਾ ਉਸ ਵੇਲੇ ਤੇ ਜਿਹੜੀ 1800 ਉਹਨਾਂ ਦੇ ਅੰਗਰੇਜ਼ ਤੇ ਹੱਥ ਨਹੀਂ ਆਉਂਦੇ ਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਇੱਕ ਖਾਸ ਇੱਕ ਫਲੇਵਰ ਹੁੰਦਾ ਆ ਟਾਡੀਵਾਰਾਂ ਦਾ ਤੇ ਅੱਛਾ ਜਿਹੜੇ ਇਨਸਟਰੂਮੈਂਟਸ ਵੀ ਯੂਜ਼ ਹੋਏ ਨੇ ਉਹ ਵੀ ਉਸੇ ਕਿਸਮ ਦੇ ਯੂਜ਼ ਹੋਏ ਨੇ ਹਾਂਜੀ ਇੱਕ ਤਾਰਾ ਯੂਜ਼ ਹੋਇਆ ਤੇ ਹੋਰ ਜਿਹੜੇ ਇਨਸਟਰੂਮੈਂਟਸ ਤੁਸੀਂ ਦੇਖੋਗੇ ਬਿਲਕੁਲ ਜਿਹੜੀ ਜ਼ਬਾਨ ਹੈ ਬੋਲੀ ਉਸ ਵਿੱਚ ਕੋਈ ਮਿਲਾਵਟ ਨਹੀਂ ਕੀਤੀ ਗਈ ਔਰ ਉਸ ਨੂੰ ਉਸੇ ਤਰੀਕੇ ਨਾਲ オリジナਲਿਟੀ ਨਾਲ ਪੇਸ਼ ਕੀਤਾ ਗਿਆ ਇਸ ਨੂੰ ਇੱਕ ਗੱਲ ਜ਼ਰੂਰ ਮੈਂ ਕਹਾਂ ਇਸ ਨੂੰ ਉਹੀ ਗੱਲ ਹੈ ਨਾ ਕਿ ਇਸ ਨੂੰ ਕੋ ਜਿਹੜਾ ਸਿੱਖ ਸਾਇਕੀ ਨੂੰ ਸਮਝਦਾ ਹੋਵੇ ਉਹੀ ਸਮਝ ਸਕਦਾ ਹੈ ਕਿ ਇਹ ਗਾਣਾ ਹੈ ਕਿ ਇਹ ਗੀਤ ਹੈ ਕਿ ਤੇ ਚੰਗੀ ਗੱਲ ਹੈ ਫਿਰ ਚਰਚਾ ਕਰਤੀ ਇਸ ਗੱਲ ਦੀ ਬਿਲਕੁਲ ਬਿਲਕੁਲ ਐਨੀਮਲ ਫਿਲਮ ਦੇ ਵਿੱਚ ਅਰਜਨ ਵੈਲੀ ਦਾ ਗਾਣਾ ਆਇਆ ਸਾਨੂੰ ਸਮਝਣ ਦਾ ਮੌਕਾ ਮਿਲਿਆ ਸਿੱਖਣ ਦਾ ਮੌਕਾ ਮਿਲਿਆ ਕਿ ਸ਼ਖਸੀਅਤ ਕੌਣ ਸੀ ਅਰਜਨ ਸਿੰਘ ਨਲਵਾ ਜਿਨ੍ਹਾਂ ਨੂੰ ਅਰਜਨ ਸਿੰਘ ਵੈਲੀ ਦਾ ਨਾਮ ਦਿੱਤਾ ਗਿਆ ਢਾਡੀਵਾਰਾ ਚ ਉਹਨਾਂ ਦੀ ਉਸਤਤ ਕੀਤੀ ਗਈ ਤੇ ਅੱਜ ਦੇਖੋ ਐਨੀਮਲ ਫਿਲਮ ਚ ਇਹ ਗਾਣਾ ਆਇਆ ਹਾਲਾਂਕਿ ਜਿਸ ਤਰੀਕੇ ਨਾਲ ਹਰਮੀਤ ਸ਼ਾਸ ਸਿੰਘ ਜੀ ਨੇ ਗੱਲ ਕੀਤੀ ਕਿ ਜੋ ਪਿਕਚਰ ਚ ਦਿਖਾਇਆ ਗਿਆ ਹੈ ਉਹ ਕੈਰੈਕਟਰ ਤਾਂ ਬਿਲਕੁਲ ਅਲੱਗ ਸੀ ਅਰਜਨ ਵੈਲੀ ਦਾ ਪਰ ਹਾਂ ਇਸ ਬਾਰੇ ਅਸੀਂ ਚਰਚਾ ਕਰ ਰਹੇ ਆਈ ਚੰਗੀ ਗੱਲ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਵੀਡੀਓ ਦੇ ਜ਼ਰੀਏ ਜਾਂ ਹੋਰ ਵੀਡੀਓ ਸੇ ਜ਼ਰੀਏ ਇਸ ਅਹਿਮ ਕਿਰਦਾਰ ਬਾਰੇ ਪਤਾ ਲੱਗੇਗਾ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਫਿਲਹਾਲ ਮਨੋਦਰ ਉਹ ਜਾਸਤੇ ਦੇਖਦੇ ਰਹੋ ਪੰਜਾਬ ਦਾ ਸੱਤਰੀ ਅਕਾਲ ਸੱਤਰੀ ਅਕਾਲ